ਸਤਿ ਸ਼੍ਰੀ ਅਕਾਲ ਜੀ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਸੋ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਵੱਡੀ ਖਬਰ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬੰਦੀ ਸਿੰਘਾਂ ਦਾ ਰਿਹਾਈ ਤੋਂ ਸਾਫ਼ ਇਨਕਾਰ ਕਰਨ ਤੋਂ ਬਾਅਦ ਬੰਦੀ ਸਿੰਘ ਪਰਮਜੀਤ ਸਿੰਘ ਪਿਓਰਾ ਅਤੇ ਜਗਤਾਰ ਸਿੰਘ ਤਾਰਾ ਦਾ ਜਵਾਬ ਸਾਹਮਣੇ ਆਇਆ ਦੋਵਾਂ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਦੇ ਜ਼ਰੀਏ ਜੇਲ੍ਹ ਤੋਂ ਚਿੱਠੀ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀਂ ਹੈ ਤਾਂ ਉਸ ਦੀ ਸਜ਼ਾ ਮਾਫੀ ਨਹੀਂ ਕੀਤੀ ਜਾ ਸਕਦੀ ਹੈ ਸੋ ਤਾਰਾ ਅਤੇ ਪਿਓਰਾ ਨੇ ਕਿਹਾ ਕਿ ਅਮਿਤ ਸ਼ਾਹ ਕਿਸੇ ਵਹਿਮ ਵਿੱਚ ਨਾ ਰਹਿਣ ਸਾਨੂੰ ਆਪਣੇ ਕੀਤੇ ਤੇ ਕੋਈ ਵੀ ਪਛਤਾਵਾ ਨਹੀਂ ਹੈ ਬਲਕਿ ਸਾਨੂੰ ਮਾਣ ਹੈ ਤੇ ਤਸੱਲ ਇਹ ਕਿ ਸਾਡੇ ਜਿੰਦੜੀਆਂ ਕੌਮ ਦੇ ਲਿਖੇ ਲਗਿਆ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੁਭ ਵਿਸ਼ ਵਿਗੜਦੀ ਕਾਨੂੰਨ ਵਿਵਸਥਾ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੋਟਕਪੂਰਾ ਵਪਾਰੀਆਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਸਮਰਥਾ ਵੱਲ ਇਸ਼ਾਰਾ ਕਰਦਾ ਹੈ ਕੋਟਕਪੂਰਾ ਵਿਧਾਨ ਸਭਾ ਹਲਕਾ ਹੈ ਜਿਸ ਦੀ ਨੁਮਾਇੰਦਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕਰ ਰਹੇ ਨੇ ਸੋ ਫਿਰ ਵੀ ਖੇਤਰ ਦੇ ਵਪਾਰੀ ਪਾਇਸ਼ਾਰੇ ਨੂੰ ਆਪਣੀਆਂ ਸ਼ਿਕਾਇਤਾਂ ਸੁਣਾਉਣ ਲਈ ਵਿਰੋਧ ਪ੍ਰਦਰਸ਼ਨ ਦਾ ਵਿਕਲਪ ਚੁਣਨਾ ਪਿਆ ਹੈ ਇਨਾਂ ਹੀ ਨਹੀਂ ਦੇ ਦੁਗਧਾਈ ਲੱਗਦਾ ਹੈ ਕਿ ਕਿਉਂਕਿ ਵਿਦਾਂਸਭਾ ਸਪੀਕਰਾਂ ਦੇ ਹਲਕੇ ਤੇ ਵਸਨੀਕ ਸੁਰੱਖਿਤ ਮਹਿਸੂਸ ਨਹੀਂ ਕਰਦੇ ਬਾਸ਼ਵਨ ਨੇ ਇੱਕ ਨਿਊਜ਼ ਰਿਪੋਰਟਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀ ਵਪਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਔਰਤਾਂ ਵਪਾਰੀਆਂ ਦਾ ਨਿਸ਼ਾਨਾ ਬਣਦੀਆਂ ਸਨ ਪਰ ਹੁਣ ਦੁਕਾਨਦਾਰ ਅਪਰਾਧੀਆਂ ਦੇ ਰਟਾਰ ਤੇ ਆ ਗਏ ਨੇ ਮੰਗਲਵਾਰ ਨੂੰ ਵੀ ਚਾਰ ਅਪਰਾਧੀਆਂ ਨੇ ਦੋ ਦੁਕਾਨਦਾਰਾਂ ਤੇ ਤੇਜ਼ ਸਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਫਾਰਤ ਨੇ ਬਬਰ ਖਾਲਸਾ ਇੰਟਰਨੈਸ਼ਨਲ ਯਾਨੀ ਕਿ ਬਕੀਆਈ ਦੇ ਸਰਗਨਾ ਲਖਵੀਰ ਸਿੰਘ ਲੰਡਾ ਨੂੰ ਅਤਵਾਦੀ ਐਲਾਨ ਕਰ ਦਿੱਤਾ ਹੈ ਕੈਨੇਡਾ ਤੋਂ ਭਾਰਤ ਵਿੱਚ دہشت ਫੈਲਾਉਣ ਵਾਲੇ ਲੰਡਾ ਖਿਲਾਫ ਕਤਲ ਅਤੇ ਕਤਲ ਦੀ ਕੋਸ਼ਿਸ਼ ਸਮੇਤ ਦਰਜਨਾ ਕੇਸ ਦਰਜ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੰਡਾ ਨੂੰ ਯੂਏਪੀਏ ਐਕਟ ਤਹਿਤ ਅਤਵਾਦੀ ਐਲਾਨ ਕੀਤਾ ਹੈ ਸੋ ਲਖਵੀਰ ਸਿੰਘ ਲੰਡਾ ਮੁਹਾਲੀ ਅਤੇ ਤਰਨਤਾਰਨ ਵਿੱਚ ਆਰਪੀਜੀ ਹਮਲਿਆ ਦਾ ਮਾਸਟਰਮਾਈਂਡ ਹੈ ਇਹ ਨਹੀਂ ਨਹੀਂ ਲੰਡਾ ਤੇ ਪਾਕਿਸਤਾਨ ਤੋਂ ਭਾਰਤ ਵਿੱਚ ਹਥਿਆਰਾਂ ਤੇ ਇੰਪਰੋਵਾਈਜ਼ਡ ਐਕਸਪਲੋਸਿਵ 22 ਯਾਨੀ ਕਿ ਆਈਈਟੀ ਦੀ ਤਸਕਰੀ ਦੇ ਨਜ਼ਰ ਰੱਖਣ ਦਾ ਵੀ ਦੋਸ਼ ਹੈ ਇਸ ਤੋਂ ਇਲਾਵਾ ਇੱਕ ਪਾਕਿਸਤਾਨੀ ਖੂਫੀ ਏਜੰਸੀ ਦੇ ਇਸ਼ਾਰੇ ਤੇ ਹੋ ਪੰਜਾਬ ਦੇ ਵਿੱਚ ਹਿੰਦੂ ਨੇਤਾਵਾਂ ਨੂੰ ਫੰਡਿੰਗ ਦੇ ਆਧਾਰ ਤੇ ਨਿਸ਼ਾਨਾ ਬਣਾ ਰਿਹਾ ਹੈ ਉਹ ਮਈ ਜਿਹੜੀ ਹੈ 9 ਮਈ 2022 ਨੂੰ ਮਹਾਲੇ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਰਾਕਟ ਪ੍ਰੋਪਲਡ ਗ੍ਰੇਨੇਡ ਯਾਨੀ ਕਿ ਆਰਪੀਜੀ ਹਮਲੇ ਦਾ ਮਾਸਟ੍ਰਾਈਂਡ ਹੈ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਨੇ ਆਪ ਸੰਸਦ ਮੈਂਬਰ ਰਾਗਵ ਚੱਡਾ ਨੂੰ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਅੰਤਰੀਮ ਪਾਰਟੀ ਆਗੂ ਬਣਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਗੇ ਜਿਵਾਲ ਨੇ ਰਾਗਵ ਚੱਡਾ ਨੂੰ ਰਾਜ ਸਭਾ ਵਿੱਚ ਆਪ ਦਾ ਅੰਤਰੀਮ ਪਾਰਟੀ ਆਗੂ ਨਿਯੁਕਤ ਕਰਨ ਦੀ ਬੇਨਤੀ ਕੀਤੀ ਸੀ ਇਸ ਵੈਸੇ ਤੋਂ ਬਾਅਦ ਸੰਜੇ ਸਿੰਘ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਬਣੇ ਰਹਿਣਗੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜ ਨੇ ਅਰਵਿੰਗੇ ਜਿਵਾਲ ਦੀ ਮੰਗ ਨੂੰ ਰੱਦ ਕਰਦਿਆ ਕਾਨੂੰਨ ਦੀ ਵਿਵਸਥਾ ਦਾ ਜ਼ਿਕਰ ਕੀਤਾ ਹੈ ਉਨ੍ਹਾਂ ਕਿ ਹਾਕੀ ਇਹ ਮੰਗ ਲਾਗੂ ਕਾਨੂੰਨੀ ਪ੍ਰਣਾਲੀ ਦੇ ਆਧਾਰ ਤੇ ਸਵੀਕਾਰ ਨਹੀਂ ਕੀਤੀ ਜਾ ਸਕਦੀ ਆਪ ਕਨਵੀਨਰ ਅਰਵਿੰਕੇਸ਼ਿਵਾਲ ਨੇ 14 ਦਸੰਬਰ 2023 ਨੂੰ ਰਾਗਫ ਚੱਡਾ ਨੂੰ ਰਾਸ ਸਭਾ ਵਿੱਚ ਪਾਰਟੀ ਦਾ ਅੰਤਰੀਮ ਨੇਤਾ ਨਿਯੁਕਤ ਕਰਨ ਲਈ ਪੱਤਰ ਲਿਖਿਆ ਸੀ ਇਮਰਾਨ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ اسلامਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸਿਆਸਤਦਾਨਾਂ ਅਤੇ ਵਕੀਲਾਂ ਨੂੰ ਅਡਿਆਲਾ ਜੇਲ੍ਹ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਮੁਲਾਕਾਤ ਕਰਨ ਅਤੇ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਰਣਨੀਤੀ ਬਣਾਉਣ ਲਈ ਮੀਟਿੰਗਾਂ ਕਰਨ ਦੀ ਆਗਿਆ ਦੇ ਦਿੱਤੀ ਹੈ ਜਸਟਿਸ ਮੀਆਂ ਗੋਲ हसन ਔਰੰਗਜੀਬ ਨੇ ਖਾਨ ਦੀ ਪਟੀਸ਼ਨ 'ਤੇ ਫੈਸਲਾ ਸੁਣਾਇਆ ਦੱਸਦੀ ਹੈ ਕਿ ਪਟੀਸ਼ਨ ਦੇ ਵਿੱਚ ਖਾਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਯਾਨੀ ਕਿ ਪੀਟੀਆਈ ਦੇ ਨੇਤਾਵਾਂ ਅਸਦ ਕੇਸਰ ਜੁਨੈਦ ਅਕਬਰ ਖਾਨ ਸੰਸਦ ਮੈਂਬਰ ਔਰੰਗਜੀਤ ਖਾਨ, ਦੋਸਤ ਮੁਹੰਮਦ ਖਾਨ ਅਤੇ ਇਸ਼ਤਿਆਕ ਮਿਹਰਬਾਨ ਨੂੰ ਆਉਣ ਵਾਲੀਆਂ ਚੋਣਾਂ ਦੇ ਲਈ ਰਣਨੀਤੀ ਬਣਾਉਣ ਦੇ ਲਈ ਮਿਲਣ ਦੀ ਆਗਿਆ ਮੰਗੀ ਸੀ ਸੋ ਖਾਨ ਦੀ ਪਟੀਸ਼ਨ ਵਿੱਚ ਅਟਿਆਲਾ ਜੇਲ੍ਹ ਦੇ ਸੁਪਰੀਡੈਂਟ ਨੂੰ ਕਾਨੂੰਨੀ ਟੀਮ ਦੇ ਨਾਲ ਗਲਬਾਤ ਦੌਰਾਨ ਉਸ ਦੀ ਖੂਫੀਅਤਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ ਹੈ پاکستان نے হাফিজ سعید ਨੂੰ ਭਾਰਤ حوالے ਕਰਨ ਤੋਂ ਇਨਕਾਰ ਕਰ ਦਿੱਤਾ ਹੈ ਭਾਰਤ ਨੇ ਪਾਕਿਸਤਾਨ ਨੂੰ 2008 ਦੇ ਮੁੰਬਈ ਅਤਵਾਦੀ ਹਮਲਿਆ ਦੇ ਮਾਸਟਰਮਾਈਂਡ হাফিজ ਸਈਦ ਦੀ ਹਵਾਲਗੀ ਦੀ ਬੇਨਤੀ ਕੀਤੀ ਸੀ ਸੋ ਭਾਰਤ হাফিজ ਨੂੰ ਪਾਕਿਸਤਾਨ ਤੋਂ ਲਿਆ ਕੇ ਉਸ ਦੇ ਮੁਕੱਦਮਾ ਚਲਾਉਣਾ ਚਾਹੁੰਦਾ ਹੈ ਸੋ ਜਿਹੜਾ ਹੈ ਪਾਕਿਸਤਾਨੀ ਪੱਤਰਕਾਰ ਇਜ਼ਾਜ਼ ਸਈਦ ਨੇ ਇੱਕ ਟਵੀਟ ਵਿੱਚ ਕਿਹਾ ਕਿ ਪਾਕਿਸਤਾਨ ਨੇ ਤਕਨੀਕੀ ਪੱਖੋਂ হাফিজ ਸਈਦ ਦੀ ਹਵਾਲਗੀ ਤੋਂ ਇਨਕਾਰ ਕੀਤਾ ਹੈ ਇਸ ਸਬੰਧੀ ਵਿਦੇਸ਼ੀ ਦਫ਼ਤਰ ਦੀ ਬੁਲਾਰਨ ਮੁਮਤਾਜ਼ ਯਹਰਾਨੇ ਕੇ ਹਾਕਿ ਪਾਕਿਸਤਾਨ ਨੂੰ ਭਾਰਤੀ ਅਧਿਕਾਰੀਆਂ ਤੋਂ ਇੱਕ ਬੇਨਤੀ ਮਿਲੀ ਹੈ ਜਿਸ ਵਿੱਚ ਅਖੌਤੀ ਮੰਨੀ ਲਾਂਡਰਿੰਗ ਮਾਮਲੇ ਵਿੱਚ ਹਾਫਿਜ਼ ਸਈਦ ਦੀ ਹਵਾਲਗੀ ਦੀ ਮੰਗ ਕੀਤੀ ਗਈ ਹੈ ਇਹ ਨੋਟ ਕਰਨਾ ਅਹਿਮ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਕੋਈ ਵੀ ਦਵਲੀ ਹਵਾਲਗੀ ਸੰਧੀ ਮੌਜੂਦ ਨਹੀਂ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰ ਬਾਖਸ਼ੀ ਨੇ ਕਿਹਾ ਕਿ ਇਹ ਬੇਨਤੀ ਕੁਝ ਹਫ਼ਤੇ ਪਹਿਲਾਂ ਇਸਲਾਮਾਬਾਦ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਰਾਹੀਂ ਕੀਤੀ ਗਈ ਸੀ ਭਾਰਤ ਤੇ ਪਾਕਿਸਤਾਨ ਦਰਮਿਆਨ ਹਵਾਲਗੀ ਸੰਧੀ ਨਾ ਹੋਣ ਦੇ ਬਾਵਜੂਦ ਇਹ ਬੇਨਤੀ ਕੀਤੀ ਗਈ ਸੀ ਚੀਨ ਨੇ ਜਰਨਲ ਲੀ ਸਾਂਖੂ ਨੂੰ ਬਿਨਾ ਕਿਸੇ ਸਪਸ਼ਟੀਕਰਨ ਦੇ ਬਰਖਾਸਤ ਕਰਨ ਦੇ 2 ਮਹੀਨਿਆਂ ਬਾਅਦ ਸ਼ੁੱਕਰਵਾਰ ਨੂੰ ਨੇਵੀ ਕਮਾਂਡਰ ਜਨਰਲ ਡੋਂਗ ਨੂੰ ਆਪਣਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ। ਸੋ ਚੀਨ ਦੀ ਚੋਟੀ ਦੀ ਵਿਧਾਨ ਸਭਾ ਨੈਸ਼ਨਲ ਪੀਪਲਸ ਕਾਂਗਰਸ ਨੇ ਅਕਤੂਬਰ ਵਿੱਚ ਲੀ ਨੂੰ ਹਟਾਉਣ ਦੀ ਪੁਸ਼ਟੀ ਕੀਤੀ ਸੀ। ਸਰਕਾਰੀ ਮੀਡੀਆ ਨੇ ਇੱਥੇ ਵੀ ਦੱਸਿਆ ਕਿ ਪੀਪਲ ਸੈਲੀਬ੍ਰੇਸ਼ਨ ਆਰਮੀ ਨੇਵੀ ਦੇ ਕਮਾਂਡਰ ਡੋਂਗ ਨੂੰ ਐਨਪੀਸੀ ਦੀ ਸਥਾਈ ਕਮੇਟੀ ਨੇ ਰੱਖਿਆ ਮੰਤਰੀ ਨਿਯੁਕਤ ਕੀਤਾ ਹੈ। ਮੀਡੀਆ ਦੇ ਅਨੁਸਾਰ ਡੋਂਗ ਨੇ ਯੋਜਨਾ ਦੇ ਸਾਰੇ ਪ੍ਰਮੁੱਖ ਜਲ ਸੈਨਾ ਡਿਵੀਜ਼ਨਾਂ ਵਿੱਚ ਸੇਵਾ ਕੀਤੀ ਹੈ। ਕਿ ਉਸ ਦੀ ਉਮਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫੀਜੀ ਸਰਕਾਰ ਵੱਲੋਂ 2 ਡਾਲਰ ਦਾ ਕਰੰਸੀ ਨੋਟ ਜਾਰੀ ਕੀਤਾ ਗਿਆ ਹੈ ਜਾਰੀ ਕੀਤੇ ਗਏ ਇਸ ਨੋਟ ਵਿੱਚ ਇੱਕ ਸਿੱਖ ਵਿਅਕਤੀ ਦੀ ਤਸਵੀਰ ਵੇਖੀ ਜਾ ਸਕਦੀ ਹੈ ਦੱਸ ਦਈਏ ਕਿ ਫੀਜੀ ਸਰਕਾਰ ਨੇ ਅਝੂਹਾ ਕਰਕੇ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ ਅਤੇ ਰਾਸ਼ਟਰੀ ਕਰੰਸੀ ਨੋਟ ਵਿੱਚ ਸਿੱਖਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਹੈ ਦੂਸਰੇ ਪਾਸੇ ਫੀਜੀ ਦੇ ਟਾਪੂ ਵਿੱਚ ਰਹਿਣ ਵਾਲੇ ਸਿੱਖਾਂ ਨੇ ਦੇਸ਼ ਲਈ ਬਣਾਉਣ ਵਾਲੇ ਕੱਪੜੇ ਵਿੱਚ ਇੱਕ ਅਨਿਖੜਵਾ ਹਿੱਸਾ ਨਿਭਾਇਆ ਸਿੱਖ 100 ਸਾਲ ਪਹਿਲਾਂ ਇਸ ਇਦੇਸ਼ ਵਿੱਚ ਖਾਸ ਕਰਕੇ ਸੂਆ ਅਤੇ ਨੋਸੋਰੀ ਖੇਤਰਾ ਵਿੱਚ ਵਸ ਗਏ ਸਨ ਉਸ ਸਮੇਂ ਸਿੱਖ ਦੁਕਾਨਦਾਰੇ ਦਾ ਕਾਰੋਬਾਰ ਅਤੇ ਖੇਤੀ ਵਿੱਚ ਕੰਮ ਕਰਦੇ ਸਨ ਜਦੋਂ ਦੇਸ਼ ਬ੍ਰਿਟਿਸ਼ ਸ਼ਾਸਨ ਅਧੀਨ ਸੀ ਇੱਕ 41 ਸਾਲਾ ਭਾਰਤੀ ਕੈਨੇਡੀਅਨ ਵਿਅਕਤੀ ਨੂੰ ਕੈਨੇਡਾ ਦੇ ਡਰਹਮ ਖੇਤਰ ਅਤੇ ਗ੍ਰੇਟਰ ਟੋਰਾਂਟੋ ਇਲਾਕੇ ਵਿੱਚ ਸਥਿਤ Hindu ਮੰਦਿਰਾਂ ਵਿੱਚ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਫਤਾਰ ਕੀਤਾ ਗਿਆ ਇਸ ਗੱਲ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਸੋ ਪੁਲਿਸ ਨੇ ਮੁਲਜ਼ਮ ਦੀ ਪਛਾਣ ਬ੍ਰੈਮਟਨ ਸ਼ਹਿਰ ਦੇ ਰਹਿਣ ਵਾਲੇ ਜਗਦੀਸ਼ ਪੰਦੇਰ ਵਜੋ ਕੀਤੀ ਹੈ ਸੋ ਇੱਕ ਪ੍ਰੈਸ ਰਿਲੀਜ਼ ਅਨੁਸਾਰ ਪੁਲਿਸ ਨੇ 8 ਅਕਤੂਬਰ ਨੂੰ ਪਾਰਕਿੰਗ ਵਿੱਚ کراس نو البولیوارد ਅਤੇ بیلی اسٹریٹ ਦੇ علاقے ਵਿੱਚ ਸਥਿਤ ਇੱਕ Hindu ਮੰਦਰ ਵਿੱਚ ਭੰਤੋੜ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ ਸੋ ਇਹ ਜਵਾਬ ਵੀ ਦਿੱਤਾ ਹੈ ਸੋ ਸੁਰੱਖਿਆ ਨਿਗਰਾਨੀ ਲਈ ਲਗਾਏ ਗਏ ਕੈਮਰਾ ਦੀ ਫੁਟੇਜ ਵਿੱਚ ਬੰਦੇਰ ਨੂੰ ਇਸ ਮੰਦਰ ਵਿੱਚ ਗੁਸਪੈਟ ਕਰਦਾ ਅਤੇ দান ਬਾਕਸ ਵਿੱਚੋਂ ਨਕਦੀ ਕੱਢਦੇ ਵੇਖਿਆ ਗਿਆ ਸੋ ਇਸ ਦੇ ਨਾਲ ਹੀ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਕਿਹਾ ਕਿ ਦੋਸ਼ੀ ਸਾਲ ਭਾਰਵਿਸ਼ ਕਈ Hindu ਮੰਦਰਾਂ ਵਿੱਚ ਗੁਪਤ ਰੂਪ ਤੌਰ ਤੇ ਦਾਖਲ ਹੋਇਆ ਇਸ ਵਿੱਚ ਕਿਹਾ ਗਿਆ ਹੈ ਕਿ ਉਸਨੇ ਡਰਹਮ ਇਲਾਕੇ ਅਤੇ ਗ੍ਰੇਟਰ ਟੋਰਾਂਟੋ ਇਲਾਕੇ ਦੇ ਆਲੇ ਵਾਲੇ ਦੇ ਮੰਦਰਾ ਵਿੱਚ ਅਜਿਹਾ ਹੀ ਕੀਤਾ ਕੇਂਦਰ ਦੀ ਮੋਦੀ ਸਰਕਾਰ ਨੇ ਸਿਰਫ ਕਬਾੜ ਅਤੇ ਰੱਦੀ ਵੇਚ ਕੇ ਹੀ ਲਗਭਗ 1200 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਇਹ ਕਮਾਈ ਇੰਨੀ ਜ਼ਿਆਦਾ ਹੈ ਕਿ ਇਸ ਨਾਲ ਭਾਰਤ ਚੰ드ਰੀਆਨ 3 ਨੂੰ ਦੋ ਵਾਰ ਚੰਦਰਮਾ ਤੇ ਭੇਜ ਸਕਦਾ ਸੀ ਚੰਦਰਮਾ ਤੇ ਭਾਰਤ ਦੇ ਸਫਲ ਚੰ드ਰੀਆਨ 3 ਮਿਸ਼ਨ ਦੇ ਲਗਭਗ 600 ਕਰੋੜ ਰੁਪਏ ਖਰਚ ਹੋਏ ਸੰਵੇਚੇ ਗਏ ਕਬਾੜ ਵਿੱਚ ਫਾਇਲਾਂ ਖਰਾਬ ਹੋ ਚੁੱਕੀਆਂ ਦਫਤਰੀ ਮਸ਼ੀਨਰੀ ਅਤੇ ਨਾ ਚੱਲਣ ਵਾਲੇ ਵਾਹਨ ਆਦਿ ਸ਼ਾਮਲ ਨੇ ਸਰਕਾਰੀ ਰਿਪੋਰਟ ਅਨੁਸਾਰ ਅਕਤੂਬਰ 2021 ਤੋਂ ਸਕ੍ਰੈਪ ਭਾਅ ਕੀ ਕਬਾੜ ਵੇਚ ਕੇ ਲਗਭਗ 1163 ਕਰੋੜ ਰੁਪਏ ਕਮਾਏ ਗਏ ਨੇ ਜੇ ਸਵਿੱਚ ਇਸ ਸਾਲ ਅਕਤੂਬਰ ਵਿੱਚੋ 1 ਮਹੀਨੇ ਦੀ ਲੰਮੀ ਮੁਹਿੰਮ ਦੌਰਾਨ ਕਮਾਏ ਗਏ 557 ਕਰੋੜ ਰੁਪਏ ਵੀ ਸ਼ਾਮਲ ਨੇ। ਸੋ ਦੇਸ਼ ਦੁਨੀਆ ਦੀਆਂ ਇਹਨਾਂ ਖਬਰਾਂ ਵਿੱਚ ਫਿਲਹਾਲ ਐਨਾ ਹੀ ਇਸ ਦਿਨ ਦਾ ਸੁਮ ਦਵਾ ਗਿਆ। ਧੰਨਵਾਦ।